पैर च पाता फोटोग्राफर तो मांग रहे चलो जी उधरों आप हम चाह पानी पी के ना अपनी गड्डी इधर दूजी भूआ के लाउनी है। ये छोटी भूआ जी का घर है, उधर बड़े ने। ये भूआ जी के तीन बेटे ने, वो कल्ली ने, भूआ जी के एक ही बेटा। आप थोड़ी जी इन्हां दी कोठी दी लुक है जिहड़ी उह दिखा दिंदे आ। ज़्यादा नहीं हुंदा इत्थे, थोड़ा थोड़ा जी दिखावांगे आपां। असीं उधर भी जाणा, काली है ये भूआ दे पोते पोतियां ने जिहड़े, उन्हां दीआं फोटोआं ने, दो पोते पोतियां जिहदे विच फोटो नहीं हैगी। नानी कित्थे बहि गई? मासी तू बना ला, मासी आ कुड़ी दा मूड़ा कीता मैंने। बे ओ वाला गड्डू की लेड़ी इना तो चुप ही आया या मंदर हट जा पिंदर। ये साड़ियाँ ने जी तीन मामियाँ, एक मामी इन्हें चो गए वाह जी। ना उन ना होती हैं फ्रेंच बनाओ ना सीख दिया दिया मासी मान जी। हाँ उन रात नू खेड़ेंगी तू 9 बजे हैं हैं जब महताब उन रात नू कितने खेड़ेंगी कितने हैं? ये तो पता तो बेड़ा वेला हो गया था, उन खेड़ूंगी हलवाइया का कम नबेड़ता है।
ਨਹੀਂ ਮਗਰ ਤਾਂ ਦਾਲਾਂ ਵੀ ਨਾ ਲੱਗੀ ਜਾਣ ਕੱਪੜਿਆਂ ਨਾਲ। ਕਿਆ ਖੇਡ ਰਹੇ ਹੋ? ਐਸੇ ਬੋਲ ਕਿ ਮੈਂ ਸਕੂਲ 'ਚ ਬੋਲਦੀ ਨਹੀਂ, ਸਕੂਲ 'ਚ ਬੋਲਦੀ ਨਹੀਂ। ਹੈਂ ਕੀ ਕਹਿੰਦੇ? ਸੌਂਗੀ ਹੈ? ਮੈਂ ਵੀਡੀਓ ਕਾਲ ਨਹੀਂ ਹੈਗੀ ਤੇਰੀ, ਵੀਡੀਓ ਬਣਾਉਣੀ ਆ। ਆਹ ਦੇਖ ਲਾ, ਸੁਨੇਹੀ ਸੌਂਗੀ ਸਾਰਿਆਂ ਨਾਲ ਪਹਿਲੀ। ਚੱਲੀ ਜਾਂਦੇ ਰਹਿੰਦੇ ਮਾਪੇ ਬਾਜਾ। ਚਲੋ ਜੀ, ਸਵੇਰ ਦੇ 8:30 ਦਾ ਟਾਈਮ ਹੋ ਗਿਆ, ਭੋਗ ਦੀ ਹੈ ਜਿਹੜੀ ਉਹ ਤਿਆਰੀ ਹੋ ਗਈ। ਅਤੇ ਇੱਧਰ ਬੀਬੀਆਂ ਵਾਸਤੇ ਲਾਇਆ ਹੋਇਆ ਲੰਗਰ ਪਾਣੀ, ਉੱਧਰ ਦੂਸਰੀ ਸਾਈਡ ਜਿਹੜਾ ਪਹਿਲਾਂ ਵੀਡੀਓ 'ਚ ਦਿਖਾਇਆ ਸੀ ਉੱਧਰ ਬੰਦਿਆਂ ਵਾਸਤੇ ਹੈ। ਇੱਧਰ ਇੱਥੇ ਲੰਗਰ ਦੀ ਸੇਵਾ, ਜਿਹੜੇ ਪ੍ਰਸ਼ਾਦੇ ਨੇ ਬਣ ਰਹੇ ਨੇ। ਇਹ ਕੋਠੀ ਦੇ ਬੈਕ ਸਾਈਡ ਹੈ, ਇੱਥੋਂ ਦੀ ਇਹ ਰਸਤਾ ਛੱਡਿਆ ਹੋਇਆ ਲੰਘਣ ਵਾਸਤੇ। ਇਹ ਸਾਡੀ ਭੂਆ ਜੀ ਦੀ ਬੇਟੀ ਹੈ, ਜਿਹੜੇ ਸਰਦਾਈ ਸੂਟ ਵਾਲੇ ਨੇ। ਇਹ ਵੱਡੇ ਨੇ, ਇੱਕ ਦੋ ਛੋਟੇ ਨੇ। ਆਪਾਂ ਹੁਣ ਸੋਚ ਰਹੇ ਹਾਂ ਵੀ ਪਹਿਲਾਂ ਮੱਥਾ ਟੇਕ ਕੇ ਆਈਏ ਜਾਂ ਲੰਗਰ ਛਕੀਏ। ਚਲੋ ਜੀ, ਆਪਾਂ ਦੇਖ ਕਰੀਰ ਪਾਲੋਹੇ ਨਾਮ ਹੋ ਨਾਨਕ ਤਨ ਸੀਤਾ। ਕਰੀਰ ਪਾਲੋਹੇ ਨਾਮ ਹੋ ਨਾਨਕ ਦਰ ਸੀਤਾ, ਨਾਨਕ ਦਰ ਸੀਤਾ, ਨਾਨਕ ਦਰ ਸੀਤਾ। ਚਲੋ ਜੀ, ਆਪਾਂ ਮੱਥਾ ਟੇਕ ਆਏ ਅਤੇ ਹੁਣ ਆਪਾਂ ਪ੍ਰਸ਼ਾਦਾ ਬਾਅਦ 'ਚੋਂ ਸਕਾਂਗੇ। ਪਹਿਲਾਂ ਇਹ ਸਲਾਹ ਸੀ ਵੀ ਫਿਰ ਉੱਥੇ ਬੈਠ ਜਾਂਗੇ। ਹੁਣ ਨਾ ਬੱਚੇ ਨਹੀਂ, ਥੋੜ੍ਹੇ ਜਿਹੇ ਲੇਟ ਹੋ ਗਏ ਵਾ। ਸਪ੍ਰੀਤ ਨਹੀਂ ਤਿਆਰ ਹੋਈ ਸੀ ਹਜੇ, ਉੱਧਰੋਂ ਆਈ ਨਹੀਂ, ਅਤੇ ਉਹਨਾਂ ਦੇ ਨਾਲ ਹੀ ਆਪਾਂ ਪ੍ਰਸ਼ਾਦਾ ਸੱਕ ਲਾਂਗੇ। ਫਿਰ ਉਹ ਇਕੱਲੇ ਰਹਿ ਜਾਂਦੇ ਨੇ। ਹੁਣ ਇੱਥੇ ਲੰਗਰ ਦੇ ਵਿੱਚ ਥੋੜ੍ਹਾ ਜਿਹਾ ਰਸ ਵੀ ਜ਼ਿਆਦਾ ਹੋ ਗਿਆ, ਕਿਉਂ ਹੁਣ ਟਾਈਮ ਹੋਇਆ ਪਿਆ, 9:30 ਹੋ ਗਏ, ਭੋਗ ਦਾ ਟਾਈਮ ਹੀ ਹੈ। ਅਤੇ ਇਹ ਸਾਡੇ ਗੁਲਾਬੀ ਦੁਪੱਟੇ ਵਾਲੇ ਹੈਗੇ ਨੇ ਨਾਨਕਿਆਂ ਤੋਂ, ਮੰਮੀ ਦੇ ਚਾਚਾ ਜੀ ਦੀ ਨੂੰਹ ਨੇ ਜਿਹੜੇ ਨਾਲ ਖੜ੍ਹੇ ਨੇ। ਭੂਆ ਜੀ ਦੇ ਛੋਟੇ ਨੂੰਹ ਨੇ, 3 ਬੇਟੇ ਨੇ ਜਿਨ੍ਹਾਂ ਦੇ। ਅਤੇ ਆਪਾਂ ਇਹਨਾਂ ਦੇ ਨਾਲ ਇੱਧਰ ਹੀ ਪਏ ਸੀ, ਉੱਧਰੋਂ ਤਿਆਰ ਹੋ ਕੇ ਆ ਗਏ। ਇਹ ਵੀ ਸਾਨੂੰ ਉਨੇ ਹੀ ਪਿਆਰ ਕਰਦੇ ਨੇ ਜੀ, ਨੂੰਹਾਂ ਵੀ ਭੂਆ ਜੀ ਦੀਆਂ, ਜਿੰਨਾ ਸਾਨੂੰ ਭੂਆ ਜੀ ਦੇ ਬੇਟੇ ਕਰਦੇ ਸੀ। ਨਾਲੇ ਭੂਆ ਜੀ ਸਾਡਾ, ਇਹਨਾਂ ਨਾਲ ਵੀ ਕੋਈ ਫਰਕ ਨਹੀਂ ਹੈਗਾ। ਚਲੋ ਜੀ, ਮਿਲਦੇ ਹਾਂ ਅਗਲੀ ਵੀਡੀਓ।